अगर आप भी छोले भटूरे खाने के शौकीन हैं तो ये वीडियो जरा आप ध्यान से देख लीजिए, क्योंकि सोशल मीडिया पर आए दिन ऐसे वीडियोस पहले भी वायरल हो चुके हैं जहां पर कभी खाने की चीज़ों में से कोई कीड़े मकोड़े जो है वो निकलते, ऐसे भी वीडियोस जो है वो पहले सामने आ चुके हैं। तो ये वीडियो सामने आया है जालंधर से, जालंधर शहर का ये वीडियो है जहाँ पर आप देख सकते हैं एक शख्स जो है वो छोले भटूरे खाने गया था वहाँ पर, और इसी बीच रेडी से उसने छोले भटूरे खरीदे और जैसे वो खा रहा था तो उसका कहना कि उसमें से वो आप तस्वीरों में भी देख सकते हैं भटूरे में से मक्खी जो है वो निकली है, जिसके बाद आरोप लगाता दिख रहा है शख्स। क्या कहना है शख्स का आप भी सुनिए इस पूरे लाइव पे। की मामला की भाजी मैं भटूरे लेते हैं ना वो खा रहा था जी, आज देख लो मक्खी निकली है विचो। मक्खी मैं कहता हूं सिविल हॉस्पिटल जाके देख लियो की है, तुम एडा फड़ लोगे तुम बड़े बनाए ला रहे भटूरे जी, कोई नहीं उन्होंने कंप्लेंट करा गए रेहड़िया तीन रेहड़िया जी, मैं इतने काम करना मालक सा ਮਾਲਕ ਕਿੱਥੇ ਹੈਗੇ ਜੀ? ਮਾਲਕ ਛੁੱਟੀ ਹੋਏ ਆ। ਛੁੱਟੀ ਤੇ ਗਏ ਹੋਏ? ਤੁਹਾਡਾ ਕੀ ਨਾਮ ਹੈ? ਮੇਰਾ ਕਿੱਥੇ ਰਹਿਣ ਵਾਲੇ ਭਾਜੀ? ਮੈਂ ਲੋਕਲੀ। ਲੋਕਲੀ ਰਹਿਣ ਵਾਲੇ? ਤੁਸੀਂ ਇੱਥੇ ਜੌਬ ਕਰਦੇ ਹੋ? ਤੇ ਇਹੋ ਜਿਹੇ ਭਾਜੀ ਆਪਾਂ ਕਿਸੇ ਆਪਣੀ ਫੈਮਿਲੀ ਮੈਂਬਰ ਨੂੰ ਖਵਾਵਾਂਗੇ ਤੇ ਉਹਨੂੰ ਵੀ ਕੋਈ ਪ੍ਰੋਬਲਮ ਹੋ ਜਾਏ ਖਾਣ ਦੇ, ਸਾਰੀ ਕੋਈ ਇਸ਼ੂ ਹੋ ਜਾਏ ਤੇ ਕੀ ਕੌਣ ਜ਼ਿੰਮੇਵਾਰ ਆ? ਭਾਈ ਆਪਾਂ ਤਾਂ ਬਣੀ ਬਣਾਈ ਲੈਂਦੇ ਆ ਜੀ। ਅੱਛਾ ਨਹੀਂ ਭਾਈ ਸਿਹਤ ਨਾਲ ਤਾਂ ਖਿਲਵਾੜ ਆ, ਤੁਸੀਂ ਵੀ ਚੀਜ਼ ਦੇਖਣੀ ਚਾਹੀਦੀ ਨਾ, ਕੀ ਕਹਿਣਾ ਚਾਹੁੰਦੇ ਤੁਸੀਂ ਦੱਸੋ? ਨਹੀਂ ਸੋਰੀ ਤੇ ਚਲੋ ਠੀਕ ਆ ਭਾਜੀ, ਤੁਸੀਂ ਦੇਖਣਾ ਚਾਹੀਦਾ ਤੁਹਾਨੂੰ ਕਿ ਕਿਹੜੀ ਜਾਨ ਦਾ ਅੱਜ ਕੱਲ੍ਹ ਜਿਹੜਾ ਚੀਜ਼ ਕੀ ਆ ਸਾਫ ਸਫਾਈ ਨਹੀਂ ਦੇਖਦੇ ਪਏ, ਦੇਖੋ ਤਾਂ ਹੀ ਹੈ ਚੱਲਦਾ ਕੀ ਪਿਆ ਭਾਜੀ, ਆਪਾਂ ਕੰਪਲੇਂਟ ਕਰਾਂਗੇ ਉਹਨਾਂ ਨੂੰ। ਕੰਪਲੇਂਟ ਨੂੰ ਕੀ ਕਰਨੀ, ਬੰਦਾ ਮਰ ਜਾਵੇ ਤਾਂ ਤੁਸੀਂ ਕੰਪਲੇਂਟ ਕਰੋਗੇ? ਠੀਕ ਹੀ ਨਾ ਕੀ ਆਪਣਾ ਮੇਰਾ ਨਾਮ ਭਾਜੀ ਕਰਾਂ। ਹਾਂਜੀ ਕੀ ਹੋਇਆ ਕੀ ਭਾਜੀ? ਮੈਂ ਭਾਜੀ ਭਟੂਰੇ ਛੋਲੇ ਖਾਣ ਆਇਆ ਸੀਗਾ ਤਾਂ ਮੱਖੀ ਨਿਕਲੀ ਇਹਦੇ ਵਿੱਚੋਂ। ਅੱਛਾ ਜੀ, ਜਾ ਕੇ ਦੇਖਿਆ ਤਾਂ ਇਸੇ ਕਰਕੇ ਮੈਂ ਇੱਧਰ ਬੁਲਾਇਆ। ਅੱਛਾ, ਤੁਸੀਂ ਦੁਕਾਨਦਾਰ ਨੂੰ ਬੁਲਾਇਆ ਜੀ ਭਾਜੀ? ਭਾਜੀ ਮੈਂ ਇਸੇ ਇਹਨਾਂ ਨੂੰ ਬੁਲਾਇਆ ਨਹੀਂ ਆ, ਹੁਣ ਦੇਖ ਕੇ ਗਏ ਤਾਂ ਕਹਿੰਦੇ ਕੜਛੀ ਦਾ ਥੱਲੇ ਵਾਲਾ ਹਿੱਸਾ। ਅੱਛਾ ਜੀ, ਕਿੱਦਾਂ ਦੇਖਦੇ ਹੋ ਭਾਜੀ ਲਾਪਰਵਾਹੀ ਹੋ ਰਹੀ ਆ? ਲਾਪਰਵਾਹੀ ਆ ਸਾਰੀ, ਕਰੋ ਗੱਲ ਇਹਨਾਂ ਨਾਲ ਹੈ ਕੀ ਆ, ਪੁੱਛੋ ਇਹਨਾਂ ਨੂੰ।